ਪਿੰਡ ਬਾਲਤ ਕਲਾਂ 'ਚ ਇੰਡਸਟਰੀ ਹੱਬ ਲਗਾਉਣ ਦੇ ਮਕਸਦ ਨਾਲ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਜਾਇਜ਼ਾ ਲੈਣ ਪਹੁੰਚੇ ਸੰਗਰੂਰ ਦੇ ਵਿਧਾਇਕ ਵਿਜਿੰਦਰ ਸਿੰਗਲਾ, ਅਤਿਰਿਕਤ ਡਿਪਟੀ ਕਮਿਸ਼ਨਰ ਰਜਿੰਦਰ ਬੱਤਰਾ ਅਤੇ ਦੂਜੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਲਿਤਾਂ ਦੇ ਲਈ ਲੜਾਈ ਲੜ ਰਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਨੇਤ੍ਰਤਵ 'ਚ ਲੋਕਾਂ ਨੇ ਨਾ ਸਿਰਫ ਜਾਇਜ਼ਾ ਲੈਣ ਵਾਲੀ ਟੀਮ ਨੂੰ ਘੇਰ ਕੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਵਿਧਾਇਕ ਸਮੇਤ ਪੂਰੀ ਟੀਮ ਕੁਛ ਦੇਰ ਉੱਥੇ ਰੁਕ ਕੇ ਵਾਪਸ ਮੁੜ ਗਈ। ਅੱਜ ਵਿਜ਼ਿਟ ਕਰ ਰਹੇ ਹੋ ਅਫਸਰਾਂ ਨੂੰ ਲੈ ਕੇ ਨਾਲ? ਨਹੀਂ, ਕੁਸ਼ਤੀ ਤਾਂ ਸਿਰਫ ਜਿਵੇਂ ਨਦਾਮਪੁਰ ਦੀ ਨਹਿਰ ਦੇ ਨਾਲ ਨਾਲ ਜਿਹੜਾ ਜਾ ਕੇ ਰਾਹ ਸਰਕਾਰੀ ਜ਼ਮੀਨ ਪਈ ਹੈ, ਉਸਦੇ ਉੱਪਰ ਕੋਈ ਨਾ ਕੋਈ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਜੈਕਟ ਆ ਸਕੇ ਉਸਦੇ ਬਾਰੇ ਚਰਚਾ ਕਰਨ ਵਾਸਤੇ। ਡਾਇਰੈਕਟਰ ਇੰਡਸਟਰੀ ਆਏ ਸੀ ਜੀ ਅੱਜ, ਉਹਨਾਂ ਨੇ ਅਸੀਂ ਪਲਾਸਟਿਕ ਪਾਰਕ ਇੱਕ ਬਣਾਉਣਾ ਹੈਗਾ, ਉਹਦੇ ਲਈ ਕਈ ਥਾਵਾਂ 'ਤੇ ਜ਼ਮੀਨ ਦੇਖੀ ਹੈ ਔਰ ਹਲੇ ਬੜੀ ਮੁੱਢਲੀ ਸਟੇਜ ਦੇ ਵਿੱਚ ਹੈ, ਅਤੇ ਜ਼ਰੂਰ ਬਣੂੰਗਾ ਜੀ ਇਹ ਪਾਰਕ। ਕਿਹੜੇ ਕਿਹੜੇ ਅਫਸਰ ਗਏ ਸੀਗੇ ਅਤੇ ਕੀ ਉੱਥੇ ਕੋਈ ਸੀ? ਡਾਇਰੈਕਟਰ ਇੰਡਸਟਰੀ ਸੀਗੇ, ਸਾਡੇ ਅਫਸਰਸ ਵੀ ਸੀ, ADCD ਵੀ ਸੀਗੇ, ਮੈਜਿਸਟਰੇਟ ਮੌਕੇ ਦੇ SDM ਵੀ ਸੀਗੇ। ਅਤੇ ਅੱਜ ਜ਼ਮੀਨ ਸੰਘਰਸ਼ ਪ੍ਰਾਪਤੀ ਵਾਲੇ ਨੇ ਥੋੜ੍ਹਾ ਜਿਹਾ ਪ੍ਰੋਟੈਸਟ ਵੀ ਕੀਤਾ ਗਾ ਵੀ ਇੱਥੇ ਨਹੀਂ ਹੋਣਾ ਚਾਹੀਦਾ, ਸਾਡੇ ਨਾਲ ਟੇਬਲ ਟਾਕ ਹੋਣੀ ਚਾਹੀਦੀ ਹੈ ਸਾਡਾ, ਇਸ ਤਰੀਕੇ ਦਾ। ਕਿੰਨਾ ਨੇ ਜੀ ਜਿਹੜੇ ਜ਼ਮੀਨ ਸੰਘਰਸ਼ ਪ੍ਰਾਪਤੀ ਵਾਲੇ ਸਰ, ਜਿਹੜੇ ਪੰਚਾਇਤੀ ਜ਼ਮੀਨ? ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।